ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਰੀਡਰ 6A 2020 ਐਡੀਸ਼ਨ ਲੈਸਨ 16 ਵਿੱਚ ਤੁਨਜੀ ਆਇਆ ਨੂੰ ਅੱਜ ਦੇ ਪਾਠ ਦੇ ਵਿੱਚ ਅਸੀਂ ਹਰਿਮੰਦਰ ਸਾਹਿਬ ਜੀ ਦੇ ਲੰਗਰ ਪ੍ਰਥਾ ਬਾਰੇ ਸਿੱਖਾਂਗੇ ਤੁਸੀਂ ਲੰਗਰ ਬਾਰੇ ਜਾਣਦੇ ਹੋ ਪਰ ਹਰਿਮੰਦਰ ਸਾਹਿਬ ਦਾ ਲੰਗਰ ਬਹੁਤ ਹੀ ਖਾਸ ਹੈ ਬਹੁਤ ਹੀ ਸਪੈਸ਼ਲ ਹੈ ਸ਼ਾਇਦ ਇਹਦੇ ਵਿੱਚ ਜੋ ਗੱਲਾਂ ਅਸੀਂ ਅੱਜ ਪੜਾਂਗੇ ਤੁਸੀਂ ਉਹਨਾਂ ਵਿੱਚੋਂ ਕੁਝ ਬਾਰੇ ਨਾ ਜਾਣਦੇ ਹੋਵੋ ਇਸ ਦੇ ਵਿੱਚ ਕੋਈ ਬਹੁਤੇ ਔਖੇ ਸ਼ਬਦ ਨਹੀਂ ਆਣੇ ਚਾਹੀਦੇ ਤੁਹਾਡੇ ਵਾਸਤੇ ਤੁਸੀਂ ਪੰਜਾਬੀ ਦੇ ਬਹੁਤ ਅੱਛੇ ਰੀਡਰ ਬਣ ਚੁੱਕੇ ਹੋ ਤੁਹਾਨੂੰ ਵੋਕੈਬਲਰੀ ਕਾਫੀ ਆਉਂਦੀ ਹੈ ਪਰ ਹੋ ਸਕਦਾ ਹੈ ਕਿ ਇਹ ਜੋ ਸ਼ਬਦ ਨੇ ਤੁਹਾਨੂੰ ਥੋੜੇ ਔਖੇ ਲੱਗਣ ਇੱਕ ਫਰੇਜ਼ ਹੈ ਕੋਈ ਹਿਸਾਬ ਨਹੀਂ ਦੈਟ ਮੀਨਸ देयर इज नो ਐਸਟੀਮੇਟ ਹਿਸਾਬ ਮੀਨਸ ਮੈਥ ਔਰ ਐਸਟੀਮੇਟ ਬਰਾਬਰ ਦਾ ਮੀਨਸ ਇਕੁਅਲ ਟੂ ਅਤੁੱਟ ਮੀਨਸ ਐਂਡਲੈਸ ਸੇਤਮੰਦ ਇਜ਼ ਹੈਲਥੀ ठीक हैं सम वेरी फ्यू बर्ड्स दैट यू मे ऑर मे नॉट लुक एट द स्कोप ऑफ दिस पॉट कितना बड़ा पॉट है जे ए फुल साइज 6 फुट लंबा आदमी है तक कितना बड़ा उनना को स्पैचुला जी दे नाल ए हिला रहे हैं दाल है ये सब्जी है मटर लगदे हैं राइट ते पीछे भी इतने इतने बड़े और कढ़ाई हैगे हैं ठीक है ते ਇਹ ਤੁਸੀਂ ਦੇਖੋਗੇ ਰੋਟੀਆਂ ਬਣਾਣ ਦੀ ਮਸ਼ੀਨ ਹੈਗੀ ਹੈ ਕਿ ਇਹਦੇ ਤੇ ਆਪਣੇ ਆਪ ਪੇੜੇ ਬੰਦੇ ਆਪਨੇ ਆ ਰੋਟੀ ਬਣਦੀ ਹੈ ਆਪਣੇ ਰੋਟੀ ਪੱਕ ਜਾਂਦੀ ਹੈ ਫਿਰ ਬਾਹਰ ਆ ਜਾਂਦੀ ਹੈ ਇਥੋਂ ਇਸ ਤਰ੍ਹਾਂ ਕੱਟ-ਕੱਟ ਕੇ ਸਬਜ਼ੀਆਂ ਰੱਖਦੇ ਆ ਜਿਵੇਂ ਟਮਾਟਰ ਰੱਖੇ ਹੋਏ ਆ ਪਿਆਜ਼ ਰੱਖੇ ਹੋਣਗੇ ਜਾਂ ਕੋਈ ਸਬਜ਼ੀਆਂ ਹਰੀਆਂ ਸਬਜ਼ੀਆਂ ਪਈਆਂ ਐਸਟਰਾ ਭਾਂਡੇ ਚੋੜ ਕੇ ਰੱਖਦੇ ਆਂ ਤੇ ਐ ਵੀ ਇੱਥੇ ਜਿਸ ਤਰ੍ਹਾਂ ਇੱਥੇ ਕੁਕਿੰਗ ਕੋਰੀਏ ਇੱਕ ਕੋਰਸ ਸੀਨ ਉਸ ਤਰ੍ਹਾਂ ਦਾ ਹੈਗਾ ਤੇ ਲੱਕੜਾਂ ਪਾਲਦੇ ਆਂ ਥੱਲੇ ਰਾਈਟ ਸੋ ਇਟਸ ਅਮੇਜ਼ਿੰਗ ਕਿ ਇੰਨਾ ਵੱਡਾ ਸਕੇਲ ਤੇ ਕੰਮ ਕਿਸ ਤਰ੍ਹਾਂ ਚੱਲਦਾ ਹੈ ਤੇ ਸਾਰਾ ਦਿਨ ਚੱਲਦਾ ਹੈ ਉੱਥੇ ਕੰਮ 12 ਲੱਖ 1.2 ਮਿਲੀਅਨ ਲੋਕ ਅੰਮ੍ਰਿਤਸਰ ਵਿੱਚ ਰਹਿੰਦੇ ਹਨ ਕਿਹਾ ਜਾਂਦਾ ਹੈ ਕਿ ਹਰ ਮੰਦਰ ਸਾਹਿਬ ਦੇ ਲੰਗਰ ਵਰਗਾ ਦੁਨੀਆ ਵਿੱਚ ਹੋਰ ਕੋਈ ਲੰਗਰ ਨਹੀਂ ਇੱਕ ਦਿਨ ਵਿੱਚ 1 ਲੱਖ ਤੋਂ ਜ਼ਿਆਦਾ ਲੋਕ ਲੰਗਰ ਛਕਦੇ ਹਨ ਮਹੀਨੇ ਵਿੱਚ 3 ਮਿਲੀਅਨ that means 3 ਲੱਖ ਲੋਕ ਲੰਗਰ ਛਕਦੇ ਹਨ ਰਸੋਈ ਵਿੱਚ 450 ਸੇਵਾਦਾਰ ਕੰਮ ਕਰਦੇ ਹਨ 450 people work who do seva maybe some of them are also employed right swertu sham tak itte hindu sikkh musliman isai yahudi jews ਇਸਾਈਸ 크੍ਰਿਸਚੀਅਨਸ ਅਮੀਰ ਗਰੀਬ ਛੋਟੇ ਵੱਡੇ ਔਰਤਾਂ ਆਦਮੀ ਗੋਰੇ ਕਾਲੇ ਬੱਚੇ ਬੁੱਢੇ ਸਭ ਇਕੱਠੇ ਬੈਠ ਕੇ ਲੰਗਰ ਛਕਦੇ ਹਨ ਸਭ ਨੂੰ ਬਰਾਬਰ ਦਾ ਲੰਗਰ ਮਿਲਦਾ ਹੈ ਵੱਧ ਘੱਟ ਨਹੀਂ ਸੋ ਐਵਰੀਬਾਡੀ ਗੈਟਸ ਸੇਮ ਪਲੇਟ ਐਂਡ ਦੇ ਗੈਟਸ ਦ ਸੇਮ ਅਮਾਉਂਟ ਆਫ ਫੂਡ ਕਹਿੰਦੇ ਹਨ ਕਿ ਹਰ ਰੋਜ਼ 2 ਲੱਖ ਪ੍ਰਸ਼ਾਦੇ ਬਣਦੇ ਹਨ ਪ੍ਰਸ਼ਾਦੇ ਇਸ ਫੁਲਕੇ 1300 ਕਿਲੋ ਦਾਲ ਬਣਦੀ ਹੈ ਦੈਟਸ ਅਬਾਟ 2600 ਪਾਉਂਡਸ 1200 ਕਿਲੋ ਚੌਲ ਬਣਦੇ ਹਨ 500 ਕਿਲੋ ਘਿਓ ਵਰਤਿਆ ਜਾਂਦਾ ਹੈ ਦੈਟਸ ਅ ਲਾਟ ਆਫ ਵood ਗੰਡੇ ਟਮਾਟਰ ਅਦਰਕ ਮਿਰਚਾ ਮਸਾਲੇ ਦਾ ਤਾਂ ਕੋਈ ਹਿਸਾਬ ਹੀ ਨਹੀਂ 3 ਲੱਖ ਥਾਲੀਆਂ ਗਲਾਸ ਕ올ੀਆਂ ਅਤੇ ਚਮਚੇ ਰੋਜ਼ ਥੋਤੇ ਜਾਂਦੇ ਹਨ ਐਪਨਡੀਪੀਆ 3 ਲੱਖ 300000 ਲੰਗਰ ਵਿੱਚ ਜਾ ਕੇ ਕੋਈ ਵੀ ਸੇਵਾ ਕਰ ਸਕਦਾ ਹੈ ਤੁਸੀਂ ਵੀ ਕਰ ਸਕਦੇ ਹੋ ਸਿੱਖਾਂ ਦਾ ਲੰਗਰ ਬਹੁਤ ਹੀ ਅਨੋਖਾ ਹੈ ਇੱਥੋਂ ਕੋਈ ਭੁੱਖਾ ਨਹੀਂ ਜਾਂਦਾ ਗੁਰੂ ਪ੍ਰਸਾਦ ਅਤਿ ਲੰਗਰ ਅਤੁੱਟ ਵਰਤਦਾ ਹੈ ਕਿਸੇ ਵੀ ਹੋਰ ਧਾਰਮਿਕ ਸਥਾਨ ਤੇ ਇਸ ਤਰ੍ਹਾਂ ਮੁਫਤ ਸਵਾਦ ਅਤੇ ਸੇਤਮਦ ਖਾਣਾ ਨਹੀਂ ਵਰਤਿਆ ਜਾਂਦਾ ਸੋ ਥੀਸ ਆਰ ਐਡਜੈਕਟਿਵਸ ਮੁਫਤ ਫਰੀ ਸਵਾਦ ਡਿਲੀਸ਼ੀਅਸ ਸੇਤਮਦ ਹੈਲਥੀ ਏ ਤੰਗੁਰੂ ਨਾਨਕ ਦੀ ਦੇਣ ਹੈ this is gur nanak's gift ਸਿੱਖ ਸਾਰੀ ਦੁਨੀਆ ਵਿੱਚ ਲੰਗਰ ਵੰਡਦੇ ਹਨ ਅਤੇ ਸੇਵਾ ਕਰਦੇ ਹਨ ਹਰਿਮੰਦਰ ਸਾਹਿਬ ਦੇ ਬਾਰੇ ਵਿੱਚ ਗੁਰਬਾਣੀ ਦਾ ਫਰਮਾਨ ਹੈ ਦਿੱਥੇ ਸਬੇ ਥਾਵ ਨਹੀਂ ਤੁਦਜੇਹਾ I have seen every other place but none is quite like you that means harimandir saheb ਠੀਕ ਹੈ ਜਿੱਥੇ ਇਹ ਲੰਗਰ ਬਣਦਾ ਸੋ ਐਸਐਸ ਦੇ ਵਿੱਚ ਸਿਰਫ 215 ਸ਼ਬਦ ਨੇ ਜੇ ਤੁਸੀਂ 60 ਸ਼ਬਦ 70 ਸ਼ਬਦ 1 ਮਿੰਟ ਵਿੱਚ ਪੜ ਸਕਦੇ ਹੋ ਤੇ ਤੁਸੀਂ ਇਹ ਐਸੇ 3 ਮਿੰਟ 4 ਮਿੰਟ ਤੋਂ ਘੱਟ ਵਿੱਚ ਪੜ ਜਾਓਗੇ ਠੀਕ ਹੈ ਤੇ ਇਹਨੂੰ ਤੁਸੀਂ ਵੀਡੀਓ ਤੋਂ ਬਾਅਦ ਫਿਰ ਦੁਬਾਰਾ ਪੜੋਗੇ ਐ ਸ਼ਬਦ ਲਭੋ ਤੁਸੀਂ ਉਹਦੇ ਵਿੱਚ ਤਾਂ ਕਿ ਤੁਹਾਨੂੰ ਉਹਨਾਂ ਦੀ ਪਛਾਣ ਹੋ ਜਾਏ ਤੇ ਉਹਨਾਂ ਦਾ ਵਰਤਨ ਦਾ ਪਤਾ ਚੱਲ ਜਾਏ ਸੋਮਵਾਰ ਘਰ ਦਾ ਕੰਮ ਤੁਸੀਂ ਕਲਾਸ ਵਿੱਚ ਵੀ ਕਰ ਸਕਦੇ ਹੋ ਘਰ ਦੇ ਕੰਮ ਵਿੱਚ ਵੀ ਕਰ ਸਕਦੇ ਹੋ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਠੀਕ ਠੀਕ ਉੱਤਰ ਪੂਰੇ ਵਾਕਾਂ ਵਿੱਚ ਲਿਖੋ ਹਰਮੰਦਰ ਸਾਹਿਬ ਦੇ ਲੰਗਰ ਵਿੱਚ ਰੋਜ਼ ਕਿੰਨੇ ਪ੍ਰਸ਼ਾਦੇ ਬਣਦੇ ਹਨ ਹਰਮੰਦਰ ਸਾਹਿਬ ਦੇ ਲੰਗਰ ਵਿੱਚ ਰੋਜ਼ ਇੱਥੇ ਲਿਖਿਆ ਸੀ 2 ਲੱਖ ਪ੍ਰਸ਼ਾਦ ਦੇ ਬਣਦੇ ਹਨ 2 ਲੱਖ ਪ੍ਰਸ਼ਾਦ ਦੇ ਬਣਦੇ ਹਨ so you can use most of the words from the question in your answer and that's a smart skill to use har mandir sahab de langar vich kinne sevadar kam karde han oh, oh it should say kam karde han right the word is karde is missing put karde here har mandir sahab de langar vich 450 so sevadar kam karde han you can look back theek hai ਹਰ ਮੰਦਰ ਸਾਹਿਬ ਦੇ ਲੰਗਰ ਵਿੱਚ ਕੋਈ ਸੇਵਾ ਕਰ ਸਕਦਾ ਹੈ ਹਰ ਮੰਦਰ ਦੇ ਸਾਹਿਬ ਦੇ ਲੰਗਰ ਵਿੱਚ ਕੋਈ ਵੀ ਸੇਵਾ ਕਰ ਸਕਦਾ ਹੈ ਤੁਸੀਂ ਵੀ ਕਰ ਸਕਦੇ ਹੋ ਤੁਸੀਂ ਕਹਿ ਸਕਦੇ ਹੋ ਮੈਂ ਵੀ ਕਰ ਸਕਦੀ ਹਾਂ ਜਾਂ ਮੈਂ ਵੀ ਕਰ ਸਕਦਾ ਹਾਂ ਠੀਕ ਹੈ ਨਾ ਦਿਸ ਐਕਸਰਸਾਈਜ਼ ਯੂ نو ਰੀਡ ਥੀਸ Each one of them and connect them with the parts here. And then um, that should be easy reading practice. Then number remember there are different ways we can spell different words. They mean the same thing as long as you understand the meaning, that's what matters the most. And here are three different spellings for three different words. And then Buddwartusi Harmandr Sabde Langar Bari ik paragraph like to see punj uh on the uh facts licksakde. ਵੀਰ ਵਾਰ ਵਾਸਤੇ ਤੁਸੀਂ ਟਾਈਮਰ ਸੈੱਟ ਕਰੋਗੇ ਤੇ ਇਹ ਲੇਖ ਦੁਬਾਰਾ ਪੜੋਗੇ ਕਿੰਨੇ ਮਿੰਟ ਲੱਗੇ ਮੈਨੂੰ ਲੱਗਦਾ ਤੁਹਾਨੂੰ 3 ਜਾਂ 4 ਮਿੰਟ ਲੱਗਣਗੇ ਐਂਡ ਦੈਟਸ ਇਟ ਸੋ ਦਿਸ ਵਾਸ ਯੋਰ ਲੈਸਨ ਟੁਡੇ ਪ੍ਰੋਟੀ ਈਜ਼ੀ ਸਟ੍ਰੇਟ ਫੋਰਵਰਡ ਸੋ ਹੋਪਫੁਲੀ ਯੂਲ ਪ੍ਰੈਕਟਿਸ ਇਟ ਕਪਲ ਟਾਈਮਸ ਸੋ ਯੂ ਬਿਕਮ ਰੀਲੀ ਗੁੱਡ ਐਟ ਰੀਡਿੰਗ ਠੀਕ ਹੈ ਐਂਡ ਯੂ ਅੰਡਰਸਟੈਂਡ ਪੰਜਾਬੀ ਬੈਟਰ ਚਲੋ ਠੀਕ ਹੈ ਅਗਲੇ ਲੈਸਨ ਚ ਫਿਰ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ